ਮੇਰੇ ਖਿਆਲ ਨਿੱਜੀ ਮਾਮਲਾ ਆ, ਕੋਈ ਕਿਸੇ ਮੰਦਰ ਗੁਰਦੁਆਰੇ 'ਚ ਜਾਵੇ, ਹਰੇਕ ਨੂੰ ਉਹਦੇ ਜਾਣ ਦੇ ਉੱਤੇ ਆ ਗਿਆ, ਸਾਡਾ ਕਾਨਸਟੀਟਿਊਸ਼ਨ ਇਸ ਗੱਲ 'ਤੇ ਆ ਗਿਆ ਦਿੰਦਾ, ਸੋ ਕੋਈ ਐਸੀ ਗੱਲ ਨਹੀਂ। ਅਜੇ 7 ਮਹੀਨੇ ਦਾ ਸਮਾਂ ਸਾਰਾ ਸਰਕਾਰ ਦਾ ਬੀਤੇ, ਔਰ 7 ਮਹੀਨਿਆਂ ਦੇ ਦੌਰਾਨ ਉਹ ਹਿਸਟੋਰੀਕਲ ਕਾਰ ਸਰਕਾਰ ਨੇ ਕਰ ਦਿੱਤਾ ਜਿਹਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਨਸ਼ੇ ਇੱਕ ਬਹੁਤ ਵੱਡੀ ਸਮਾਜ ਦੇ ਅੰਦਰ, ਨਸ਼ੇ ਇਕੱਲਾ ਪ੍ਰਸ਼ਾਸਨਿਕ ਕਦਮਾਂ ਨਾਲ ਨਹੀਂ ਦੂਰ ਕੀਤੇ ਜਾਣੇ, ਨਸ਼ੇ ਲਈ ਇੱਕ ਅਵੇਅਰਨੈਸ ਵੀ ਪੈਦਾ ਕਰਨ ਦੀ ਲੋੜ ਆ। ਪਰ ਇਸ ਵਾਰ ਕਮਾਲ ਦੀ ਗੱਲ ਹੈ ਵੀ ਕਿਸਾਨ ਦੀ ਪੇਮੈਂਟ 4 ਘੰਟੇ ਦੇ ਵਿੱਚ ਉਹਦੇ ਖਾਤੇ 'ਚ ਪੈ ਰਹੀ ਹੈ, ਸੋ ਇਹਦੇ ਲਈ ਪੂਰੇ ਯਤਨ ਕੀਤੇ ਜਾ ਰਹੇ ਆ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਇਹ ਪਹਿਲੀ ਸਰਕਾਰ ਆ ਜਿਹਦੇ ਮੰਤਰੀ ਲਗਾਤਾਰ, ਜਿਹਦੇ MLA ਲਗਾਤਾਰ ਜਿਹੜੇ ਆ ਲੋਕਾਂ ਦੀ ਸੇਵਾ 'ਚ ਹਾਜ਼ਰ ਨੇ, ਪ੍ਰਸ਼ਾਸਨ ਹਾਜ਼ਰ ਆ। ਸੋ ਅੱਜ ਮੇਰਾ 20ਵਾਂ ਜ਼ਿਲ੍ਹਾ, 21ਵਾਂ ਅੱਜ ਮੈਂ ਫਾਜ਼ਿਲਕਾ ਜਾਣਾ, ਸੋ ਮੇਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਅੰਦਰ ਕੋਈ ਜ਼ਿਲ੍ਹਾ ਨਾ ਬਚੇ ਪੈੜੀ ਸੀਜ਼ਨ ਦੇ ਦੌਰਾਨ ਜਿੱਥੇ ਮੈਂ ਨਾ ਜਾ ਸਕਾਂ। ਤੋ ਅੱਜ ਪੰਜਾਬ ਦੇ ਅੰਦਰ ਪੈਡੀ ਦੀ ਪ੍ਰੋਕਿਓਰਮੈਂਟ ਦਾ ਸੀਜ਼ਨ ਚੱਲ ਰਿਹਾ, ਔਰ ਉਹਦੇ ਸੰਬੰਧ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਦੇ ਬੜੇ ਸਪਸ਼ਟ ਅਤੇ ਸਖ਼ਤ ਹਦਾਇਤਾਂ ਨੇ ਕਿ ਪੰਜਾਬ ਦੇ ਅੰਦਰ ਸੀਜ਼ਨ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਵੀ ਕਿਸਾਨ ਨੂੰ ਮੰਡੀ ਦੇ ਅੰਦਰ ਦਿੱਕਤ ਨਾ ਆਵੇ, ਮਜ਼ਦੂਰ ਨੂੰ ਦਿੱਕਤ ਨਾ ਆਵੇ। ਤਾਂ ਉਹਦੇ ਲਈ ਲਗਾਤਾਰ ਸਾਡੀ ਸਰਕਾਰ ਦੇ ਸਾਰੇ ਸਤਿਕਾਰਯੋਗ MLA ਸਾਹਿਬਾਨ, ਅੱਜ ਤੁਸੀਂ ਦੇਖ ਰਹੇ ਹੋ ਮੇਰੇ ਨਾਲ MLA ਆਪਣੇ ਦਈਆ ਸਾਹਿਬ ਜੀ, ਔਰ ਕਟਾਰੀਆ ਜੀ, ਔਰ MLA ਆਪਣਾ ਭੁੱਲਰ ਸਾਹਿਬ ਫਿਰੋਜ਼ਪੁਰ, ਔਰ ਮੈਡਮ DC ਸਾਹਿਬ ਅਤੇ ਤਮਾਮ ਜਿਹੜੇ ਸਮਸਤ ਅਧਿਕਾਰੀ ਨੇ ਸਾਡੇ ਡਿਪਾਰਟਮੈਂਟ ਦੇ, ਉਹ ਲਗਾਤਾਰ ਇਸ ਗੱਲ ਦੇ ਉੱਤੇ ਪੈਨੀ ਨਿਗਾਹ ਰੱਖ ਰਹੇ ਵੀ ਕਿਸੇ ਤਰ੍ਹਾਂ ਦੀ ਵੀ ਪੰਜਾਬ ਦੇ ਅੰਦਰ ਪ੍ਰੋਕਿਓਰਮੈਂਟ ਨੂੰ ਕੋਈ ਦਿੱਕਤ ਨਾ ਆਵੇ। ਸੋ ਭਾਰਤ ਸਰਕਾਰ ਵੱਲੋਂ ਜਿਹੜਾ ਸਾਨੂੰ ਟੀਚਾ ਦਿੱਤਾ ਗਿਆ 191 ਲੱਖ ਮੀਟਰਿਕ ਟਨ ਦਾ, ਉਹ ਪੂਰਾ ਕਰਨ ਦੇ ਲਈ ਪੂਰੀਆਂ ਅਸੀਂ ਬੰਦੋਬਸਤ ਕੀਤੇ ਆ, ਔਰ ਸਾਡੇ ਕੋਲ CCL ਦੀ ਪੂਰੀ ਹੈਗੀ ਆ, ਔਰ ਪੂਰੀ ਤਰ੍ਹਾਂ ਵਾਰਦਾਨ ਆ। ਸੋ ਪੰਜਾਬ ਦੇ ਅੰਦਰ ਕਿਉਂਕਿ ਜਿਹੜਾ ਝੋਨੇ ਦਾ ਸੀਜ਼ਨ ਹੈ, ਇਹ ਸਾਡੀ ਇਕੋਨਮੀ ਦਾ ਬਹੁਤ ਵੱਡਾ ਵੇਸ ਆ ਪੰਜਾਬ ਦਾ, ਦੋਵੇਂ ਖਾਸ ਕਰਕੇ ਹਾੜੀ ਅਤੇ ਸਾਉਣੀ ਦਾ ਜਿਹੜਾ ਸੀਜ਼ਨ ਹੈ, ਸਾਡਾ ਪੰਜਾਬ ਦਾ ਖੇਤੀਬਾੜੀ ਪ੍ਰਧਾਨ ਸੂਬਾ। ਸੋ ਇਸ ਕਰਕੇ ਇਸ ਸੀਜ਼ਨ ਨੂੰ ਬਹੁਤ ਵੱਡੀਆਂ ਉਮੀਦਾਂ ਜਿਹੜੀਆਂ ਲੋਕਾਂ ਦੀ ਹੁੰਦੀਆਂ, ਨਾ ਕੇਵਲ ਕਿਸਾਨ ਦੀਆਂ ਬਲਕਿ ਮਿਲਰਸ ਦੀਆਂ ਵੀ, ਆੜ੍ਹਤੀ ਦੀਆਂ ਵੀ, ਮਜ਼ਦੂਰ ਦੀਆਂ ਵੀ। ਸੋ ਪੰਜਾਬ ਦੇ ਅੰਦਰ ਸੀਜ਼ਨ ਪੂਰਾ ਪੀਕ 'ਤੇ ਆ, ਔਰ ਇਸ ਵੇਲੇ ਤੱਕ ਪੰਜਾਬ ਦੀਆਂ ਮੰਡੀਆਂ 'ਚ 120 ਲੱਖ ਮੀਟਰ ਟਨ ਜਿਹੜਾ ਉਹ ਝੋਨਾ ਪਹੁੰਚਿਆ, ਅਤੇ ਲਗਭਗ 116 ਲੱਖ ਮੀਟਰ ਟਨ ਜਿਹੜਾ ਅਸੀਂ ਖਰੀਦ ਚੁੱਕੇ ਹਾਂ ਹੁਣ ਤੱਕ। ਖੁਸ਼ੀ ਇਸ ਗੱਲ ਦੀ ਆ ਵੀ 20,000 ਕਰੋੜ ਰੁਪਈਆ ਕਿਸਾਨਾਂ ਦੇ ਖਾਤੇ 'ਚ ਅਸੀਂ ਵੀ ਪਾ ਦਿੱਤਾ, ਔਰ ਕੁਝ ਨਵੇਕਲੀਆਂ ਗੱਲਾਂ ਪੰਜਾਬ ਦੇ ਇਤਿਹਾਸ ਦੇ ਅੰਦਰ ਪੈਡੀ ਦੀ ਪ੍ਰੋਕਿਓਰਮੈਂਟ ਦੇ ਦੌਰਾਨ ਵਾਪਰੀਆਂ ਨੇ। ਆਮ ਤੌਰ 'ਤੇ ਪੰਜਾਬ ਦੇ ਅੰਦਰ ਕਿਹਾ ਜਾਂਦਾ ਸੀਗਾ ਵੀ ਕਿਸਾਨ ਦੀ ਦਿਵਾਲੀ ਅਤੇ ਦੁਸਹਿਰਾ ਜਿਹੜਾ ਆ ਉਹ ਮੰਡੀ 'ਚ ਗੁਜ਼ਰਦਾ, ਅਤੇ ਕਈ ਕਈ ਦਿਨ ਢੇਰੀਆਂ 'ਤੇ ਸੌਣੇ ਪੈਂਦਾ ਸੀਗਾ, ਔਰ ਜੇ ਵਿਕ ਜਾਂਦੀ ਤਾਂ ਬਾਅਦ ਕਈ ਵਾਰੀ ਕਿਸਾਨ ਨੂੰ ਮੁਜ਼ਾਹਰੇ ਕਰਨੇ ਪੈਂਦੇ ਸੀਗੇ। ਪਰ ਇਸ ਵਾਰ ਕਮਾਲ ਦੀ ਗੱਲ ਹੈ ਵੀ ਕਿਸਾਨ ਦੀ ਪੇਮੈਂਟ 4 ਘੰਟੇ ਦੇ ਵਿੱਚ ਉਹਦੇ ਖਾਤੇ 'ਚ ਪੈ ਰਹੀ ਹੈ, ਸੋ ਇਹਦੇ ਲਈ ਪੂਰੇ ਯਤਨ ਕੀਤੇ ਜਾ ਰਹੇ ਆ ਵੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਸੋ ਪੰਜਾਬ ਦੇ ਅੰਦਰ ਜਿਹੜਾ ਆ ਮੰਡੀ ਦੇ ਅੰਦਰ ਲਗਾਤਾਰ, ਮੈਂ ਆਪ ਹੁਣ ਤੱਕ, ਇਹ ਮੇਰਾ ਅੱਜ 20ਵਾਂ ਜ਼ਿਲ੍ਹਾ, ਆਮ ਤੌਰ 'ਤੇ ਸਰਕਾਰਾਂ ਦੇ ਮੰਤਰੀ ਉਦਘਾਟਨ ਕਰਕੇ ਖਰੀਦਦਾਰ ਚਲੇ ਜਾਂਦੇ ਸੀਗੇ ਆਪਣੇ ਆਪਣੇ ਘਰਾਂ 'ਚ, ਜਾਂ ਹੋਰ ਕੰਮਾਂ ਨੂੰ ਲੱਗ ਲੈਂਦੇ ਸੀਗੇ, ਗੁਰਾਈਆਂ ਕਰਨ ਦੂਜਾ ਤੀਜਾ। ਇਹ ਪਹਿਲੀ ਸਰਕਾਰ ਆ ਜਿਹਦੇ ਮੰਤਰੀ ਲਗਾਤਾਰ, ਜਿਹਦੇ MLA ਲਗਾਤਾਰ ਜਿਹੜੇ ਆ ਲੋਕਾਂ ਦੀ ਸੇਵਾ 'ਚ ਹਾਜ਼ਰ ਨੇ, ਪ੍ਰਸ਼ਾਸਨ ਹਾਜ਼ਰ ਆ। ਸੋ ਅੱਜ ਮੇਰਾ 20ਵਾਂ ਜ਼ਿਲ੍ਹਾ, 21ਵਾਂ ਅੱਜ ਮੈਂ ਫਾਜ਼ਿਲਕਾ ਜਾਣਾ, ਸੋ ਮੇਰੀ ਕੋਸ਼ਿਸ਼ ਹੈ ਕਿ ਪੰਜਾਬ ਦੇ ਅੰਦਰ ਕੋਈ ਜ਼ਿਲ੍ਹਾ ਨਾ ਬਚੇ ਪੈੜੀ ਸੀਜ਼ਨ ਦੇ ਦੌਰਾਨ ਜਿੱਥੇ ਮੈਂ ਨਾ ਜਾ ਸਕਾਂ। ਤੋ ਅੱਜ ਪਹਿਲਾਂ ਜੀਰੇ ਆਏ ਸੀਗੇ, ਅਤੇ ਹੁਣ ਫਿਰੋਜ਼ਪੁਰ ਦੀ ਮੰਡੀ, ਤੋਂ ਇਹ ਤੋਂ ਬਾਅਦ ਫਾਜ਼ਿਲਕਾ ਜਲਾਲਾਬਾਦ ਨੂੰ ਜਾਣਾ। ਸੋ ਬੜੇ ਸ਼ਾਨਦਾਰ ਪ੍ਰਬੰਧ ਨੇ ਇੱਥੇ, ਕਿਸਾਨ ਮਿਲੇ ਆ, ਮਜ਼ਦੂਰ ਮਿਲੇ ਆ, ਉਹਨਾਂ ਨੇ ਬਹੁਤ ਤਸੱਲੀ ਪ੍ਰਗਟਾਈ ਆ। ਸੋ ਸਾਡਾ ਪੰਜਾਬ ਦੇ ਲੋਕਾਂ ਨਾਲ ਵਾਅਦਾ ਵੀ ਸੀਗਾ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਸੋ ਇਕੱਲਾ ਇਕੱਲਾ ਦਾਣਾ ਪੰਜਾਬ ਦੇ ਵਿੱਚੋਂ ਮੰਡੀ 'ਚੋਂ ਚੁੱਕਾਂਗੇ। ਉਹਦਾ ਜਿਹੜਾ ਮੇਨ ਕਾਰਨ ਹੈ ਪੰਜਾਬ ਦੇ ਵਿੱਚ ਜਿਹੜੀ ਪਰਾਲੀ ਸੜਨਾ? ਨਹੀਂ, ਬੇਸਿਕਲੀ ਪੰਜਾਬ ਦੇ ਅੰਦਰ ਪਰਾਲੀ ਦੇ ਧੂੰਆਂ ਦਾ ਇੱਕ ਮੁੱਦਾ ਤਾਂ ਹੈਗਾ। ਖੁਸ਼ੀ ਇਸ ਗੱਲ ਦੀ ਆ ਵੀ ਇਸ ਵਾਰ ਪੰਜਾਬ ਦੇ ਕਿਸਾਨਾਂ ਨੇ ਬਹੁਤ ਖੁੱਲ੍ਹੇ ਮਨ ਦੇ ਨਾਲ ਸਰਕਾਰ ਨੂੰ ਜਿਹੜੀ ਆ ਸਪੋਰਟ ਕੀਤੀ ਆ, ਔਰ ਜਿਹੜਾ ਇੱਕ ਹਫ਼ਤਾ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਪੰਜਾਬ 'ਚ ਅੰਕੜੇ ਆਏ, ਉਹ ਕਾਫ਼ੀ ਖੁਸ਼ੀ ਵਾਲੇ ਆ। ਪਿਛਲੇ ਸਾਲਾਂ ਦੇ ਮੁਕਾਬਲੇ ਕਾਫ਼ੀ ਜਿਹੜਾ ਪ੍ਰਦੂਸ਼ਣ ਘਟਿਆ, ਲੇਕਿਨ ਅਜੇ ਵੀ ਬਹੁਤ ਕੁਝ ਕਰਨ ਦੀ ਲੋੜ ਆ। ਸੋ ਇਸ ਕਰਕੇ ਪੰਜਾਬ ਦੇ ਅੰਦਰ ਪਰਾਲੀ ਨੂੰ ਨਾ ਜਲਾਇਆ ਜਾਵੇ, ਇਹਦੇ ਲਈ ਮਾਨਯੋਗ ਮੁੱਖ ਮੰਤਰੀ ਦੀ ਅਪੀਲ ਦੇ ਉੱਤੇ ਜਿਹੜਾ ਕਿਸਾਨਾਂ ਨੇ ਸਮਰਥਨ ਦਿੱਤਾ ਉਹ ਕਾਬਲੇ ਤਾਰੀਫ ਆ, ਅਤੇ ਅਸੀਂ ਫਿਰ ਵੀ ਹੰਬਲ ਰਿਕੁਐਸਟ ਕਰਦੇ ਹਾਂ ਕਿ ਪਰਾਲੀ ਨਾ ਜਲਾਈ ਜਾਵੇ, ਔਰ ਖਾਸ ਕਰਕੇ ਜਿਹੜੀਆਂ ਮਸ਼ੀਨਾਂ
सवा लख मशीन जिहड़ियां ने पराली दे गोल करन लई पिंडां च भेजियां ने उहदी वरतों करके जिहड़ा आ उह किसान पराली नूं जिहड़ा जलाउण तों बचावे। कई किसानों का रूप है जिहड़ी मशीन तुसीं बन रहे हो उन्होंने जिहड़े ट्रैक्टर उन्होंने कोल वड्डे वड्डे नहीं हैगे ते उह मशीनां दा यूज किवें करनगे? नहीं, मेरा ख्याल कोई सवाल इदा है नहीं, जे फिर भी कोई दिक्कत है तो सरकार को जिहड़े अपने इंस्ट्रूमेंट ने सरकार को जिन्ना भी तंत्र है असीं पूरी तरह किसान दे नाल। देखो ए पहली सरकार आई है जिन्हें लोगों की दिल खोल के जिहड़ी सपोर्ट की है। पंजाब के इतिहास के अंदर 7 महीनों के पीरियड 600 यूनिट बिजली का बिना किसी जाति बंधन तो पंजाब के अंदर सब लोगों मिल रहा। 300 करोड़ रुपया जिहड़ा गन्ने का बकाया सरकारी मिलों वाले पासे पिछलियां सरकारां दा वो भी मान साहब की सरकार ने जिहड़ा जारी किया। 20 रुपये गन्ने का रेट जिहड़ा है वो वधा के बहुत वड्डी जिहड़ी पंजाब के अंदर सरकार ने दया दली दसी है। सो इस करके मतलब पुरानी पेंशन स्कीम का मुद्दा जिहड़ा लखां मुलाजमां नूं प्रभावित करता सीगा उन्हां दे बुढ़ापे की जिहड़ी चिंता जिहड़ी सरकार ने दूर की। सो वड्डे हिस्टोरिकल जिहड़े ऐलान जिहड़े आ मानयोग मुख्यमंत्री की अगुवाई दे विच इन्हां 7 महीनों के अंदर सरकार ने करके उन्हूं अमलीजामा पहनाया। सो हुण तक किन्ने मामले दर्ज हो चुके स्टबल बर्निंग ते किसानां दे उपर? नहीं, अजे कोई मामला सरकार का कोई इरादा नहीं किसानों के उत्ते कोई रैड एंट्री करनी कोई मुकदमा दर्ज करना। असी हम्बल रिक्वेस्ट करके उन्होंने इनकर्ज करके सर किदां देख दो हरियाणा सरकार लगातार राम रहीम जिहड़े पैरोल दे रही है किदां देख दो सर तुसीं? मैं तो प्रोक्योरमेंट लई आया कोर्टा का मामला आया ये कोई डिप्टी ना करा तो चंगा। सर दूसरा पंजाब दे विच लगातार नशियां दे काफ़ी जिहड़े केसिस सामने देखने आ रहे हैं और पंजाब सरकार जदों सत्ता दे विच आई सी भगवंत मान सरकार तो उन्होंने क्लीयर किया कि नशे जिहड़े जड़ तो खत्म हो जाएंगे लेकिन हुण औरतां दी वीडियो भी लगातार वायरल होंदियां दिखाई दे रही है। लाजमी करांगे देखो अजे तो मैं कह रहा मैं सरकार का अजे 7 महीने का समा सारा सरकार का बीते और 7 महीनों के दौरान वह हिस्टोरिकल का सरकार ने कर दिता जिसकी कल्पना नहीं की जा सकती। नशे एक बहुत वड्डी समाज के अंदर नशे कला प्रशासनिक कदमों नाल नहीं दूर किए जाने नशे लिए एक अवेयरनैस भी पैदा करने की लड़ है। अपने मन का अंदरों बंदे का मन जागे भी मैं बुराई को दूर करना। सो लगे हाँ लाजमी तौर पर ये खात्मे लिए सरकार जी दृढ़ संकल्प है और असं करा भी पंजाब के। एक सर डेरा सौदा साहब गुरु साहब जाते हैं जी वो किस तरह देखते हो तुम जी? मेरे ख्याल निजी मामला आ कोई किसी मंदिर गुरुद्वारे से जाए हरेक जान देते आ गया साडा कॉन्स्टिट्यूशन इस गल आ गया दिता। सो कोई ऐसी गल नहीं।